कि अगस्त सितंबर अक्टूबर नवंबर चार महीनों की कॉम्पनसेशन जी है प्लस 2000 करोड़ के एरियर है वो अजे तक नहीं आए। ਮੁਸ਼ਕਿਲਾਂ ਸਾਡੀਆਂ ਕੀ ਹੈ, ਅਸੀਂ ਆਪਣੇ ਹਸਪਤਾਲ ਬੰਦ ਨਹੀਂ ਕਰ ਸਕਦੇ, ਅਸੀਂ ਆਪਣੇ ਸਕੂਲ ਬੰਦ ਨਹੀਂ ਕਰ ਸਕਦੇ, ਅਸੀਂ ਆਪਣੀਆਂ ਜੇਲ੍ਹਾਂ ਬੰਦ ਨਹੀਂ ਕਰ ਸਕਦੇ, ਨਹਿਰਾਂ ਬੰਦ ਨਹੀਂ ਕਰ ਸਕਦੇ। ਸਟੇਟ ਜਿਹੜੀਆਂ ਇਹ ਬੜੀ ਮੁਸ਼ਕਿਲ 'ਚ ਹੈ। ਬਹਰਹਾਲ ਉਹਨਾਂ ਨੇ ਸਾਨੂੰ ਕੋਈ ਟਾਈਮ ਲਾਈਨ ਨਹੀਂ ਦਿੱਤਾ ਕਿ ਫਲਾਂ ਤਾਰੀਖ ਤੱਕ ਇਹ ਕੰਪਨਸੇਸ਼ਨ ਆ ਜਾਏਗੀ। ਕੰਗਾਲੀ ਦੀ ਕਤਾਰ 'ਚ ਖੜ੍ਹੇ ਪੰਜਾਬ ਨੇ ਪਹਿਲਾਂ ਹੀ ਕੰਗਾਲ ਹੋ ਚੁੱਕੀ ਕੇਂਦਰ ਸਰਕਾਰ ਨੂੰ GST ਦੀ ਬਕਾਇਆ ਰਾਸ਼ੀ ਲੈਣ ਲਈ ਗੁਹਾਰ ਲਗਾਈ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲ ਸੀਤਾਰਮਨ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੀ GST ਦੀ ਪਿਛਲੀ 4 ਮਹੀਨਿਆਂ ਦੀ ਬਕਾਇਆ ਰਾਸ਼ੀ ਦੀ ਮੰਗ ਕੀਤੀ। ਜੋ ਪੰਜਾਬ ਦਾ ਮਤਲਬਾ ਸੀ ਕਿ ਜਿਸ ਵੇਲੇ GST ਕਾਨੂੰਨ ਨਾਫਿਜ਼ ਕੀਤਾ ਗਿਆ ਤਾਂ ਉਸ ਵੇਲੇ 23% ਟੋਟਲ ਪੰਜਾਬ ਦਾ ਜਿਹੜਾ ਰੈਵੀਨਿਊ ਸੀ ਉਹ ਸਾਨੂੰ ਕਣਕ ਔਰ ਝੋਨੇ ਦੀ ਜਿਹੜੀ ਖਰੀਦ ਹੈ ਉਹਦੀ ਆਮਦਨ 'ਚ ਆਉਂਦਾ ਸੀ। ਗਵਰਨਮੈਂਟ ਆਫ ਇੰਡੀਆ ਨੇ ਉਸ ਵੇਲੇ ਵਾਅਦਾ ਕੀਤਾ ਸੀ ਕਿ ਜੋ ਵੀ ਲੌਸ ਹੋਏਗਾ 23% ਦਾ ਇਹਦੀ ਅਸੀਂ ਤੁਹਾਨੂੰ ਭਰਪਾਈ ਕਰ ਦਾਂਗੇ, ਕੰਪਨਸੇਸ਼ਨ ਦੇ ਦਿਆਂਗੇ। ਮੁਸ਼ਕਿਲ ਹੁਣ ਇਹ ਆ ਗਈ ਹੈ ਕਿ ਅਗਸਤ ਸਤੰਬਰ ਅਕਤੂਬਰ ਨਵੰਬਰ ਚਾਰ ਮਹੀਨਿਆਂ ਦੀ ਕੰਪਨਸੇਸ਼ਨ ਜਿਹੜੀ ਹੈ ਪਲੱਸ 2000 ਕਰੋੜ ਦੇ ਏਰੀਅਰ ਹੈ ਉਹ ਅਜੇ ਤੱਕ ਨਹੀਂ ਆਏ। ਤਾਂ ਮੈਨੂੰ ਇਹ ਤਾਂ ਠੀਕ ਹੈ ਕਿ ਉਹਨਾਂ ਨੇ ਸਾਡੀ ਗੱਲਬਾਤ ਜਿਹੜੀ ਹੈ ਔਰ ਸਾਡੀਆਂ ਮੁਸ਼ਕਿਲਾਂ ਸਾਡੀਆਂ ਕੀ ਹੈ, ਅਸੀਂ ਆਪਣੇ ਹਸਪਤਾਲ ਬੰਦ ਨਹੀਂ ਕਰ ਸਕਦੇ, ਅਸੀਂ ਆਪਣੇ ਸਕੂਲ ਬੰਦ ਨਹੀਂ ਕਰ ਸਕਦੇ, ਅਸੀਂ ਆਪਣੀਆਂ ਜੇਲ੍ਹਾਂ ਬੰਦ ਨਹੀਂ ਕਰ ਸਕਦੇ, ਨਹਿਰਾਂ ਬੰਦ ਨਹੀਂ ਕਰ ਸਕਦੇ। ਤਾਂ ਉਹਨਾਂ ਨੇ ਸਾਡੀ ਗੱਲ ਬੜੀ ਅਦਬ ਔਰ ਸਬਰ ਨਾਲ ਸੁਣੀ। ਉਹਨਾਂ ਨੇ ਇਹ ਵੀ ਫਰਮਾਇਆ ਕਿ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਰਹੇ ਹਾਂ ਔਰ ਜਿਤਨੀ ਜਲਦੀ ਹੋ ਸਕਿਆ, ਜਿੰਨੀ ਜਲਦੀ ਮੁਮਕਿਨ ਹੈ ਔਰ ਜਿੰਨੀ ਉਹਨਾਂ ਦੀ ਹੈਸੀਅਤ ਅਤੇ ਔਕਾਤ ਹੈ, ਅਸੀਂ ਉਨੀ ਜਲਦੀ ਤੁਹਾਨੂੰ ਇਹ ਕੰਪਨਸੇਸ਼ਨ ਜਿਹੜੀ ਹੈ ਇਹ ਦੇ ਦਾਂਗੇ। ਅਸੀਂ ਤਾਂ ਸਗੋਂ ਦੀ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਦੇਖੋ ਜੀ, ਅਸੀਂ ਤਾਂ ਨਵੇਂ ਨੋਟ ਵੀ ਨਹੀਂ ਛਾਪ ਸਕਦੇ, ਅਸੀਂ ਐਕਸਟਰਾ ਬੋਰੋਇੰਗ ਵੀ ਨਹੀਂ ਕਰ ਸਕਦੇ। ਗਵਰਨਮੈਂਟ ਆਫ ਇੰਡੀਆ ਤਾਂ ਨੋਟ ਵੀ ਛਾਪ ਸਕਦੀ ਹੈ, ਬੋਰੋਇੰਗ ਵੀ ਕਰ ਸਕਦੀ ਹੈ। ਸਟੇਟਸ ਜਿਹੜੀਆਂ ਇਹ ਬੜੀ ਮੁਸ਼ਕਿਲ 'ਚ ਹੈ। ਬਹਰਹਾਲ ਉਹਨਾਂ ਨੇ ਸਾਨੂੰ ਕੋਈ ਟਾਈਮ ਲਾਈਨ ਨਹੀਂ ਦਿੱਤਾ ਕਿ ਫਲਾਂ ਤਾਰੀਖ ਤੱਕ ਇਹ ਕੰਪਨਸੇਸ਼ਨ ਆ ਜਾਏਗੀ, ਪਰ ਉਹਨਾਂ ਨੇ ਮੈਨੂੰ ਲੱਗਦਾ ਬੜੇ ਔਰ ਮੈਂ ਯੂਨੀਅਨ ਫਾਈਨੈਂਸ ਮਿਨਿਸਟਰ ਔਰ ਜਿਸ ਰੁਤਬੇ 'ਤੇ ਉਹ ਬੈਠੇ ਹੈ, ਸੋ ਮੈਂ ਉਹਨਾਂ ਦੀ ਇਸ ਗੱਲ ਦਾ ਤਾਂ ਇਹਤਰਾਮ ਕਰਦਾ ਕਿ ਜੇ ਉਹਨਾਂ ਨੇ ਵਾਅਦਾ ਦਿੱਤਾ ਤਾਂ ਵਾਅਦਾ ਵੀ ਇੱਕ ਕਿਸਮ ਦਾ ਤੁਸੀਂ ਸਮਝੋ ਗਾਰੰਟੀ ਹੁੰਦੀ ਹੈ। ਅਸੀਂ ਪੁੱਛਿਆ ਸੀ ਕਿ ਦੇਖੋ ਅਸੀਂ ਵੀ ਤੁਹਾਡੇ ਨਾਲ ਵੀ ਆਰ ਇਕੁਅਲ ਸਟੇਕ ਹੋਲਡਰਸ, ਜੇ ਕੋਈ ਐਸੀ ਗੱਲ ਹੈ ਤਾਂ ਤੁਸੀਂ ਸਾਨੂੰ ਕੌਨਫੀਡੈਂਸ 'ਚ ਲੈ ਲਓ। ਜੇ ਹਿੰਦੁਸਤਾਨ ਦੀ ਤਰੱਕੀ, ਹਿੰਦੁਸਤਾਨ ਦੀ ਸਾਲਮੀਅਤ ਦਾ ਕੋਈ ਸਵਾਲ ਹੈ ਤਾਂ ਤੁਸੀਂ ਸਾਨੂੰ ਦੱਸ ਦਿਓ, ਅਸੀਂ ਸਮਝ ਜਾਵਾਂਗੇ। ਉਹਨਾਂ ਨੇ ਕਿਹਾ ਕਿ ਨਹੀਂ, ਮੈਂ ਕੋਈ ਡਿਟੇਲ ਤੁਹਾਡੇ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦੀ ਔਰ ਮੇਰਾ ਤੁਹਾਡੇ ਨਾਲ ਇਹ ਵਾਅਦਾ ਕਿ ਜਲਦੀ ਸੇ ਜਲਦੀ ਦੇ ਦੇ। ਸਾਰੇ ਪੰਜਾਬ ਦੀ ਆਵਾਮ ਨੂੰ ਤਾਂ ਪੰਜਾਬ ਦੀਆਂ ਇੰਪਲੋਈਜ਼ ਦੀ ਤਾਂ ਤਨਖਾਹਾਂ ਆਲਰੇਡੀ ਯੂਨੋ ਸਟੈਂਡਸ ਰਿਲੀਜ਼ਡ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਤਰੱਕੀਆਤੀ ਕੰਮ ਹੈ, ਜੋ ਬੁਨਿਆਦੀ ਢਾਂਚੇ ਨੂੰ ਅਸੀਂ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਦੇ ਵਿੱਚ ਵੀ ਤਾਂ ਫਿਰ ਚਾਲ ਜਿਹੜੀ ਹੈ ਮੱਠੀ ਪੈ ਜਾਂਦੀ ਹੈ, ਚਾਲ ਜਿਹੜੀ ਹੈ ਸੁਸਤ ਪੈ ਜਾਂਦੀ ਹੈ, ਇਹਨੂੰ ਤੇਜ਼ ਰਫਤਾਰੀ ਨਾਲ ਚਲਾਉਣਾ। ਸੋ ਬਹਰਹਾਲ ਇਸ ਕਿਸਮ ਦੇ ਹਾਲਾਤ। ਥੈਂਕ ਯੂ। ਕੰਪਨਸੇਸ਼ਨ ਤਾਂ ਸਾਰੇ ਸੂਬਿਆਂ ਨੂੰ ਨਹੀਂ ਮਿਲੀ,
ਪਰ ਮੈਨੂੰ ਲੱਗਦਾ ਕਿ ਬੀਜੇਪੀ ਵਾਲੇ ਸੂਬੇ ਜਿਹੜੇ ਆ ਉਹਨਾਂ ਦੇ ਫਾਈਨੈਂਸ ਮਿਨਿਸਟਰ, ਉਹਨਾਂ ਦੀ ਜ਼ਰੂਰਤ ਨਹੀਂ ਹੈ ਕਿ ਪੌੜੀਆਂ ਚੜ੍ਹ ਜਾਣ, ਇਹਦਾ ਸਿਰਫ ਆਪੋਜੀਸ਼ਨ ਦੀ ਜ਼ਰੂਰਤ ਹੈ। ਥੈਂਕ ਯੂ। ਬਿਲਕੁਲ। 1 ਜੁਲਾਈ 2017 ਨੂੰ ਭਾਰਤ ਵਿੱਚ GST ਲਾਗੂ ਕਰਨ ਵੇਲੇ ਸੂਬੇ ਨੂੰ ਮੰਦੀ ਦੇ ਹਾਲਾਤ ਵਿੱਚ 23% ਜੋ ਵੀ ਘਾਟਾ ਪਏਗਾ ਉਸ ਦੀ ਭਰਪਾਈ ਲਈ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀ, ਪਰ ਪਿਛਲੇ 4 ਮਹੀਨਿਆਂ ਦੀ GST ਦੀ ਬਕਾਇਆ ਰਾਸ਼ੀ ਲਈ ਪੰਜਾਬ ਕੇਂਦਰ ਤੋਂ ਮੰਗ ਕਰ ਰਿਹਾ ਹੈ, ਜੋ ਕਿ ਕਰੀਬ 2000 ਕਰੋੜ ਰੁਪਏ ਬਣਦੀ ਹੈ। ਬਿਊਰੋ ਰਿਪੋਰਟ ਦਾ ਖਾਲਸ TV।